की करा सची पाथियां भी नहीं लैन जाया जाता बाड़े च लोग ही चकी जाते हैं पर एक गल है पता नहीं मेरिया पाथियां कि चक्के ले जाती है जिते फस गई चंगी तरह गोड्या थले लौंगे उन्होंने मेरे प्यो की रंग में देखी सही ऐ भी चल हूँ चक लिया मैं चार पाथियां जाके चल मना कलिया तो देख लकड़े भी नहीं मचदियाँ है धूं हो जाए कलिया लकड़ा का तो लकड़ा भी गिलियां ने की करा और सिलेंडर सिलेंडर मुक्या पैगा जे दो रुपये लियाऊगा मुंडा तो सिलेंडर भरावे चल मना लिया पाथियों का पठल हूँ तो सुकिया ने मीह आ गया तो भिज जाएगियाँ पाथियां दी लैन कौन लै गया चाके बुढ़ी दी करतूत लगती है की है की गईयां नहीं चोरियां कर ली आ मेरियां तो आप चकियां पाथियां सुक्कियां सुक्कियां ले जांदे कढ के गिल्लियां उत्ते ले जांदी है ए कुड़ियां कुड़ियां सुधर जा तू कम कर आवदा आ सारियां पाथियां मेरियां ने आ देख सुक्कियां हुई पाथियां सारियां आ मेरियां ने हैया कना तेरियां तो उधर लेके गिल्लियां इधरों चक के इत्थे ला लेंदे इत्थों चक के उत्थे रख ले मैं कोई नहीं लांदी हैगी आ तां पाथियां मेरियां ने ਹੋਰ ਨਾ ਕਿਤੇ ਕੁਛ ਰੋਜ਼ ਦੀ ਰੋਜ਼ ਕਹੂ ਲੱਤੂ ਮੇਰੇ ਪਾਥੀਆਂ ਚੱਕਦੀਆਂ ਪਾਥੀਆਂ ਚੱਕਦੀਆਂ ਮੈਂ ਤੇ ਨਹੀਂ ਪਾਥੀਆਂ ਚੱਕਦੀਆਂ ਚੱਕਦੀ ਤਾਂ ਹੈਗੀ ਆ ਤੈ ਕਦੇ ਦੇਖਿਆ ਮੈਨੂੰ ਹੋਰ ਕੌਣ ਲੈ ਕੇ ਜਾਂਦਾ ਚੱਕ ਕੇ ਨਾ ਉਹਦਾ ਮੇਰੇ ਮੱਥੇ ਤੇ ਲਿਖਿਆ ਪਾਥੀ ਤੇਰੇ ਮੈਂ ਚੱਕਦੀ ਆ ਤੂੰ ਹੀ ਕਰਦੀ ਆ ਆ ਜਦ ਤੇਰੀ ਲੈਣ ਇੱਥੇ ਆ ਮੇਰੀ ਆ ਤੇਰੀ ਆ ਫਿਰ ਆ ਤਾਂ ਪਤਾ ਮੈਨੂੰ ਜਦੋਂ ਮੈਂ ਪਹਿਲਾਂ ਤੂੰ ਪਥਦੀ ਇੱਥੇ ਗੋਹਾ ਇਹ ਤਾਂ ਸਾਰਾ ਪਤਵਾੜਾ ਮੇਰੇ ਹੀ ਆ ਇੱਕ ਤੇਰੇ ਪਿਓ ਦਾਗਾ ਤੇਰੇ ਵੀ ਪਿਓ ਦਾ ਨਹੀਂ ਹੈਗਾ ਕਰਦੀ ਕੀ ਹੈਗੀ ਤੂੰ ਕੀ ਕਰਦੀ ਆ ਪਾਥੀ ਲੱਗਦਾ ਖਾ ਲਈ ਮੈਥੋਂ ਤੂੰ ਖਾ ਲੇਂਗੀ ਮਾਰ ਮੇਰੇ ਕੀ ਮਾਰੇਂਗੇ ਤੂੰ ਮਾਰ ਮਾਰ ਆ ਪਾ ਮਾਰ ਮੈਂ ਚਾਰ ਦਾ ਤੂੰ ਖੜ ਜਾ ਤੇਰੇ ਆ ਮਾਰ ਤੂੰ ਹਾਂ ਨਾ ਤਾਂ ਮੇਰੀ ਬਾਤ ਆ ਤੂੰ ਪਾਤ ਲੈ ਹਾਂ ਹਾਂ ਮੈਂ ਕੋਈ ਹੈਗਾ ਚੱਕ ਲੋ ਹਾਂ ਮਾਰ ਤੂੰ ਇਹ ਬੱਚੇ ਲੜੀਆਂ ਨੇ ਹਾਂ ਨਹੀਂ ਮੇਰੇ ਦਾ ਟੂਰੀ ਤੋੜਤੀ ਪਾਤ ਲੈ ਆਏ ਹਾਏ ਆ ਦੇਖ ਲੈ ਮੇਰੇ ਪਾਤੀਆਂ ਪਿੱਛੇ ਨਾ ਪਹਿਲੇ ਤੂੰ ਮੇਰੇ ਪਾਤੀਆਂ ਚੱਕ ਲੈ ਹਾਂ ਮੈਂ ਦੱਸ ਉਹ ਕੋਈ ਨਾ ਭਾਈ ਪਾਤੀਆਂ ਪਿੱਛੇ ਨਾ ਲੜੋ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੈਨੂੰ ਬੁੜੀ ਨੂੰ ਕੁੱਟ ਦਿਆ ਹੈ ਮਾਰ ਤੇਰੇ ਚੱਪਲੀ ਪਾ ਯਾਰ ਮੈਂ ਕਰ ਜਾ ਮੈਨੂੰ ਮਾਰ ਨਾ ਕੋਈ ਨਾ ਬਾਹਰ ਕੀ ਲੜਦੇ ਕਰ ਜਾਵੇ ਕਰ ਜਾ ਕਰ ਜਾ ਤੂੰ ਕਰ ਜਾ ਪਾਰ ਤੂੰ ਭੰਗ ਜਾ ਤੂੰ ਮਾਰੇਗੀ ਹੁਣ ਲੱਕ ਤੇ ਮਾਰ ਦਾ ਮੈਨੂੰ ਮਾਰਾ ਜਾ ਛੱਡ ਦੇ ਮੈਂ ਕਹਿੰਦਾ ਮੈਨੂੰ ਦੇਖ ਲੈਂਦੇ ਤੇ ਮੈਂ ਚੱਕ ਜਾ ਲੋ ਦੇ ਤਾਂ ਲੱਗੀਆਂ ਦੀ ਚੱਲ ਭਾਈ ਤੂੰ ਤਾਂ ਹੁਣ ਨਹੀਂ ਆਪਾ ਦੇਖ ਲੈ ਮੈਂ ਨਾ ਬੁੜੀ ਨੂੰ ਕੱਟ ਲੈਂਦੀ ਆ ਜੀ ਆ ਮੈਂ ਕਿਸੇ ਪਾਸੇ ਪਾਟਰੀ ਤੇਰੇ ਨਾਲ ਚਲ ਮੈਂ ਖਾ ਦੇ ਮੈਂ ਕਹਤਾ ਮੈਨੂੰ ਮਾਰ ਲੈ ਨਹੀਂ ਹੱਥ ਮੈਨੂੰ ਦੇਖ ਲੈਂਦੇ ਚੱਕ ਤੂੰ ਲਾ ਕੇ ਸਹੀ ਨਾ 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 ਹੋਰ ਤੁਰਨੀ ਲੱਗਾ ਮੈਨੂੰ ਐਵੇਂ ਨਾ ਜਾਣੀ ਕਿਤੇ ਮੱਟਾ ਨੂੰ ਤੈਨੂੰ ਬੱਕਰਾ ਲੱਗੂ ਉਹ ਤਾਂ ਆ ਜਾ ਮੈਂ ਉਹ ਤਾਂ ਮੈਂ ਕੱਲੀ ਸੀ ਤਾਂ ਉਹਨਾਂ ਨੂੰ ਤਾਂਤ ਕਾ ਲਿਆ ਹੁਣ ਤਾਂ ਬਥੇਰੇ ਦੇਖਦੇ ਨੇ ਮੈਨੂੰ ਮੈਨੂੰ ਸਦਾ ਲੜੀ ਆਪੇ ਮੈਂ ਨਹੀਂ ਕਰਦੀ ਕਿਸੇ ਦਾ ਡਰਦੀ ਨਾ ਹੋਰ ਕਰਦੀ ਤੂੰ ਤੈਨੂੰ ਮੈਂ ਵਿੱਚ ਘੇਰੂ ਤੂੰ ਆਈ ਸਾਡੀ ਬੀਹੀ ਲੱਗੀ ਆ ਜਾ ਆ ਜਾ ਬੱਠਾ ਲਹੋ ਤੇਰੇ ਸੁੱਕਾ ਬਹੋਗਾ ਚਰਨਾ ਬਣਵਾ ਲਈ ਤੁਰ ਜਾ ਉੱਥੇ ਕਿਉਂ ਕਰੂੰ ਮੈਂ ਹਾਂ ਨਾ ਤੇ ਸੱਸ ਨੂੰ ਕੁੱਟੀ ਤੜਕੇ ਤੂੰ ਇੱਕ ਵਾਰ ਆਉਗੀ ਤੂੰ ਹੱਥ ਕਾ ਲਾ ਕੇ ਦਿਖਾ ਬੁੜੀ ਬਾਈ ਮੈਨੂੰ ਛੱਡ ਦੇ ਤੇ ਮਾਰ ਦੇ ਮੈਨੂੰ ਦੇਖ ਜਾਂਦੇ ਨੇ ਚੱਟ ਹੈ ਹੈ ਨਹੀਂ ਇਹ ਕਿਸੇ ਕੰਮ ਦੀ ਬੁੜੀ ਤਾਂ ਮੇਰਾ ਬੱਠਾ ਲੈ ਕੇ ਚੱਕ ਕੇ ਮੈਨੂੰ ਬੱਠਾ ਚੱਕ ਲਾ ਲੈ ਆਹੋ ਕਿੱਥੇ ਚਾਂਬੜੀ ਆ ਮੈਂ ਤਾਂ ਬੱਠਾ ਨਾਲ ਸਾਂ ਪਾੜ ਦਿੰਦੀ ਆ ਬੁੜੀ ਜੀ ਦੇਖ ਲੈ ਤੁਰਦੀ ਲੱਗ ਹੈ ਨਹੀਂ ਭਣੇ ਤਾਂ ਕਾਹਨੂੰ ਚੱਕਣੀ ਤੇਰੀਆਂ ਲਾਈ ਹੱਥ ਤੂੰ ਤੇਰਾ ਕੀ ਗੱਡਾ ਖੜਾ ਸੀਗਾ ਪਾਥੀਆਂ ਨੂੰ ਪਾਥੀਆਂ ਸੇ ਪਾਥੀਆਂ ਸਰ ਪਾੜੂੰ ਤੇਰਾ ਪਾਥੀਆਂ ਲਾਈ ਦਾ ਹੱਥ ਨਸੀਬ ਕਰਿਆ ਮੀ ਤੂੰ ਕਣਾ ਤੜਾ ਲੈ ਤਾ ਹੈ ਸੱਟ ਵੀ ਮੇਰੇ ਤਾਂ ਸੱਚੀ ਹੀ ਆ ਵੱਜੀ ਉਰੇ ਬਣਾਈ ਹੁਣ ਤਾਂ ਪੱਟੀਆਂ ਤੇ ਵੀ ਬਣਾਈ ਰੁਪਏ ਲੱਗਣਗੇ ਚੱਲ ਮਨਾ ਜਾ ਕੇ ਰੱਲਿਆ ਡਾਕਟਰ ਨੂੰ ਦਿਖਾਉਣੀ ਆ ਦੋਜੀ ਨੂੰ ਪੱਟੀਆਂ ਲਵਾ ਲੂੰਗੀ ਹੋ ਹੋ ਮੈਂ ਮਰ ਜਾ ਘਰੇ ਜਾ ਕੇ ਕੀ ਦੱਸੂਗੀ ਵੀ ਉਹਨੇ ਮੇਰੀ ਢੂਹੀ ਤੇ ਪਾਥੀ ਮਾਰੀ ਡੇਗ ਤਾਂ ਬੈਤਲ ਨੇ ਹਾਏ ਹਾਏ ਚੱਲ ਐਂ ਕਰਦੀਆਂ ਇੱਥੇ ਤਾਂ ਜਿਵੇਂ ਤੁਰਦਿਆਂ ਤੁਰਦਿਆਂ ਘਰੇ ਜਾ ਕੇ ਤਾਂ ਮੈਂ ਸਹੀ ਜਿਹਾ ਤੁਰਨ ਲੱਗ ਜੂ ਕਿ ਮੈਨੂੰ ਗਾਂ ਦੇਣਗੇ ਜਵਾਕ ਵੀ ਤੂੰ ਚੋਰੀ ਰੋਜ਼ ਕਰਦੀ ਸੀ ਉਹਦੇ ਪਾਥੀਆਂ ਦੀ ਅੱਜ ਉਹਨੇ ਬੱਕਰੇ ਮੰਗੂ ਢਾ ਲਈ ਨਸੀਬ ਕੁਰੇ ਨਾਲ ਤੇਰੀ ਬੇਇੱਜ਼ਤੀ ਵੀ ਵਾਲੀ ਆ ਕਰੇ ਤਾਂ ਕੀ ਕਰੇ ਚੱਲ ਦੇਖੀ ਜਾਊ ਭਾਈ ਕਿਹੜਾ ਤਾਂ ਠੀਕ ਠਾਕ ਜਿਹਾ ਹੋ ਕੇ ਕਰਾਂ ਬੂ ਮੇਰੇ ਤਾਂ ਕੱਪੜੇ ਵੀ ਸਾਰੇ ਲਿਬੜ ਗਏ ਹਾਏ ਨਹੀਂ ਲੋਕ ਤੈਨੂੰ ਕੀ ਕਹਿਣਗੇ ਝਾੜਲਾ ਸਿਰ ਮੱਥਾ ਜਾਵਦਾ ਕਿਸੇ ਦਾ ਬਾਈ ਤਾਂ ਮੇਰੀ ਤਾਂ ਬਾਲੀ ਪੱਟੀ ਮੇਸ ਹੋ ਗਈ ਮੈਂ ਤਾਂ ਹਰੇਕ ਦੇ ਸੱਚੀ ਪੰਚਾਇਤਾਂ 'ਚ ਜਾਂਦੀ ਹਾਂ ਹਰੇਕ ਤੀਵੀਂ ਮੈਨੂੰ ਪੁੱਛ ਕੇ ਗੱਲ ਕਰਦੀ ਹੈ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੀ ਕਹਿਣਗੀਆਂ ਵੀ ਤੈਨੂੰ ਤਾਂ ਉਹਨਾਂ ਦੀ ਬਹੂ ਨੇ ਬੱਕਰੇ ਮੰਗੂਟਾ ਲਿਆ ਸੀਗਾ ਪਥਵਾੜਿਆਂ 'ਚ ਤੂੰ ਤਾਂ ਉੱਥੋਂ ਗੁੱਤਨੀ ਪਟਾ ਕੇ ਆਈ ਆ ਤੂੰ ਸਾਡੇ ਫੈਸਲੇ ਕੀ ਕਰੇਂਗੀ ਬਾਲੀ ਪੱਟੀ ਮੇਸ ਹੋ ਜੂ ਭੈਣੇ ਹੁਣ ਤਾਂ ਮੈਨੂੰ ਬਿਲਕੁਲ ਭਾਵੇਂ ਮੇਰਾ ਸੱਟਾ ਰੜਕਦੀ ਹੀ ਨੇਗੀਆਂ ਕਿਉਂ ਮੈਂ ਡਿੱਗੀ ਵੀ ਪੱਕੇ ਥਾਂ ਮੈਂ ਵੀ ਕੀ ਕਰਾਂ ਚੱਲ ਦੇਖੀ ਜਾਊਗੀ ਹੁਣ ਤਾਂ ਕਹਿਣਾ ਠੀਕ ਠਾਕ ਹੋ ਕੇ ਤੁਰ ਪੈ ਬੋਚ ਕੇ ਚੋਰੀਆਂ ਸੇਕ ਦੇ ਲੂੰਗੀ ਦੇਖੀ ਜਾਊਗੀ ਬੀਬਾ ਘਰੇ ਆ ਕੋਈ ਬੱਚਾ ਕੋਈ ਹੈਗਾ ਘਰੇ ਉਹ ਬਾਬੇ ਆਏ ਆ ਬਹੁਤ ਦੂਰੋਂ ਕੋਈ ਦਾਨ ਦੱਸਣਾ ਪਾਓ
महाराज बाबा जी महाराज बेबी महाराज हाँ बाबा जी कोई गल नहीं दसो की सेवा लाइए कुछ मर्जी आटा दाल गुड़ सुनो को सरदा समान दे दो दान दे दो कोई ना बाबा जी दान भी दे देंगे बाबा जी हाथ देख लाने हाँ देख लेने बेबे हाथ देख लेने बेबे पर बाबा जी मैं हाथ दिखाने अंदर ही आ जाओ कोई गल नहीं चल चल घरे हाँ, कोई बंदा भी नहीं गा चल कोई मैं डेयरी चो आई हाँ क्योंकि मेरी दुध की पेमेंट कट्ठी हुई पी मैं पैसे लैन गई मैं चल मेरे बाबा दिस गया हूं आके बैठी तेरे मुहरे आ जाओ बाबा जी आए बह जाओ हट्टी ते बह जाओ मेरा तो गोडा दुखदा मैं इतो थले बैठा नहीं आंदा ला बीबा हाँ खा बीबा बाबा ले हाथ देखो बाबा जी खबा ही है हाँ 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 तू तो कर्मा वाली है अच्छा बाबा जी जो इस घर च आई है ना बीबा हाँ रंग पाग ही लगे रंग पाग कदे कोई सुनू घाटा नहीं आया ना बाबा घाटा तो खड़का है सुखना रंग लगे ने जो पहला सी ना नंग मलंग सी जो तू आई है ना उदो का घर खुशहाल हो लग पा बाबा मैं मड्डे खानदान की धी हैगी इस करके तान के रंग पाग लग गए फिर जो भुखे घर दी होंगी फिर यह जी इन्होंने यो हों गा के वाधा होना सी ले बीबा कोठी पी एक कोठी तीन मंजिली बनी जाती है बीबा साड़ी बाबा जी हाँ महाराज एक ए नाल एक दुर्घटना ते बाबा जी ते राक्ष बैठा राक्ष ये छोटी बहानी दिंदा कोठी हाँ बाबा जी राक्ष है जा कहा जा हुंदा कोई गल इहदा पाए दसाई बीबा एक गल और सुन लै आ तेरा मुंडा बाहरले देश जां जोग बनदा है अच्छा बाहरले देश दा जोग बाबा जी सच गल है सारी जेडी तू दसी है बीबा तेरे हत्था ते लिखया होया सच ही है मैं झूठ मार के की करना मैं जो कहना सच ही कहना सच तो बगैर एक लफ्ज मेरे मुंह चो ना निकले मैनू ओ बाबे दी सौं लगे ठीक है बाबा जी आ ले बेटी तेरी नूह भी बहुत कर्मा वाली आऊगी जिवें तू है ना दिल दी साफ हां हां ओवें तेरी नूह भी आऊगी चल चंगा बाबा वधिया मन ते मेरी नूह एही जी चाहिदी है सोहणी भी होवे बीबा सोहनी तेरे आजूगी ए भी महाराज रुकावटा लैन ना कड़ी लैन हाँ हाँ ए नूह वाली सोहनी वाली कट्टी जांदी है ए भी सेट हो जूगी मड़ा पाए करना पऊगा एदा भी बाबा जी मैं तो मेरी ए तो मन्या भी मेरी नूह पढ़ी लिखी होवे सोहनी सनखी होवे मेरे मुंडे वर्गी मेरे मुंडे नूं तू कहना कल बाहर जाऊगा पर ओदे ओदे मुतालिक तां होवे मेरी नूह मैं तां खुशी आ कुछ मर्जी लग जे बेबे टेंशन ना लै कदों आ तेरी ली कट्टी गी ना पाए करा लिया सैट हो जू सारा काम एक गल होर है ते तेरा घर वाला भी बहुत वधिया तेनू कदे लड़िया नहीं पर तू बाहर लड़ाइया वाली करती है बाबा जी तेनू की पता गा बाबा हूं तू दसता दे जाना गा मैनू तू लड़के अज लड़के भी आई है किसी ना लगता बीबा वो मैं मर जा बाबा तू तो सच ही दसता तू तो सच ही दुधो पानी छानता बाकी गल तेरिया हूं मैनू सारी सच लगदिया ने बस तू एक दिल की गल किसी नूं दस्या ना कर बाबा मैं तो हरेक मूहरे बस गठड़ी खोल के बह जानी हाँ दुखां दी ते किसी ते तिजिया ना कर जे कोई लख रुपया मंगे ना उहनूं दिया ना कर सत वचन बाबा जी सत वचन तेनूं एक तेनूं वचन दे के जावांगे ठीक है बाबा जी वचन दे के बस तू ऐ कर 2000 रुपया लिया असीं नाल नहीं लैके जाणा तू मंत्र मार के तेनूं देवांगे पर तू आपदी पेटी च रख दी ते वाधो वाधा हो ही जाऊ वाधा ही हो जाऊगा तू 2000 रुपया लेके आ सत वचन बाबा जी मैं तो हूं डेयरी च ही आई थी पैसे मेरे को ही ने 2000 रुपया हां पर ते लेके नहीं जा रहा नाल नहीं लेके चल जांदा नहीं ए ओ बाबे दी सौं लगे असी नहीं लेके जाने 2000 रुपया ठीक है बाबा जी मार दिए बाबा जी मैं तेनूं ओ गल दसदी आ मेरी ना एक कोई मेरे वार्ड दे विचों पाथियां चक लैंदी आ कोई ओ कौन हैगी ओ दस दांगे पाए दसांगे तेनूं लै ओ बाबा ओ दस देना पाथियां वाली हां लै हुण ही दस देना बाबा देखी कि ना हो बाबा ला बेबिया तेन मंत्र मार दे नहीं यकीन ते लै लै सी नहीं लख यकीन है बाबा गुस्से ना होके जाई बाबा जी देख साधु संतां दे कहंदे ने सराप मार जांदा ना कोई ना बाबा जी लै फड़ 2000 रुपया लै मंत्र ही मारांगे सी ठीक है बाबा जी जे होगे गैप फिर ते समझ ली ओ बाबा लै गया जे ना गैप होए मंत्र मारता सोई शाम तो होए फिर सुन 2000 4000 तेरे पेटी च मिलूगा लै असी मंत्र मार दने आ ला बीबा मंत्र मारता ले मुठी कर ए दिखाई ना चंगा ठीक है बाबा जी ए किसी ने दिखाई ना सत वचन बाबा जी हां बाबा जी आओ देखियो जेडी मेरी पाथी चकदी हैगी ते और ओदा भी कुछ करमा ना मोटा पा ओ भी बाड़िया च रह जा मेरे कहदे सप लड़ जे ले बीबा पाथी थल्ले ना सप हुंदे ने तू ऐ वचन कर दे हारे बाबा जेड़ा मेरीयां पाथियां चकदा ना ओदे मैं ते कहंदे पाथियां चक्कण सारी सप लड़ जे बीबा असी ऐ जा पाप नहीं करदे पर ऐ आ तेनू चोर फड़ा
लिंबू ले ली, दो लड्डू ले ली, एक आंडा ले ली, इन्हां नूं संदूर ला के ना उत्ते पाथियां दे कोल रख दी, मुड़ के बुढ़िया उत्ते समझने टूणा हो गया। ठीक है बाबा, बाकी तेरी गल पक्की आ। ठीक है बीबा, असि हुण जाने आ टाइम नाल। सत वचन बाबा जी, आ हुण मुट्ठी दा पेटी च जाके खोल ले। बाबा जी जाके खोली। ठीक है बाबा जी, लै देख लै। नहीं किन्ना वधिया बाबा, सारियां दिल दियां गल्लां दस गया। इहा जिहा तां मैनूं किते कोई बाबा ही नहीं मिलना, जिहनूं खावे 2000 रुपया, नाले उह तां मेरी पेटी च ही पिया होगा। उह कहिहड़ा बेचारा नाल लै गया, साधू संत ऐ नहीं करदे हुंदे। चल कोई ना, पेटी च देख पैसे हैगे जां नहीं हैगे। कि बाबा कोई पर लगदा नहीं मैनूं, वी बाबा झूठ बोल गया। जदों दुद्धो पानी तां बाबे ने छाणता वी नाले पाथी वाली, मेरे प्यो दी रन नूं ना ਉੱਥੇ ਕੁਛ ਨਾ ਕੁਛ ਹੋ ਜਾਏ। ਮੈਂ ਤਾਂ ਕਹਿੰਦੀ ਹਾਂ, ਮੈਂ ਤਾਂ ਸਾਰਾ ਕੁਛ ਜਿਹੜਾ ਬਾਬਾ ਕਹਿ ਗਿਆ ਨਾ ਸਾਰਾ ਕੁਛ ਅੱਜ ਬਾੜੇ 'ਚ ਧਰ ਕੇ ਆਉਂ, ਪਾਥੀਆਂ ਲੈ ਜਾ ਕੇ। ਕੋਈ ਗੱਲ ਨਹੀਂ, ਮੇਰੀ ਪਿਓ ਦੀ ਰੰਨ ਨੇ ਬੀਬੀ ਵਧਾ ਕੇ ਰੱਖਤਾ, ਰੋਜ਼ ਪਾਥੀਆਂ ਚੱਕ ਕੇ ਲੈ ਜਾਂਦੀ ਹੈ। ਆਉਣ ਦੇ ਲੱਖ ਰੰਜਣਾ ਬੀਬਾ, ਘਰੇ ਆ ਕੋਈ? ਕਿਹੜਾ ਹੈ ਤੂੰ? ਉਹ ਬੱਚਾ ਬੜਾ ਗੁੱਸਾ ਲੱਗਦਾ ਤੈਨੂੰ। ਬੀਬਾ ਬਾਬੇ ਆਏ ਆ, ਬਹੁਤ ਦੂਰੋਂ ਆਏ ਆ, ਕਰਮਾ ਵਾਲੀ ਆ, ਤੂੰ ਦਰਸ਼ਨ ਪਾ ਲੈ ਬਾਬਿਆਂ ਦੇ। ਅੰਦਰ ਮੰਗਿਆ ਬੀਬਾ, ਤੂੰ ਕਰਮਾ ਵਾਲੀ ਆ, ਸੋਡੇ ਅਸੀਂ ਘਰੇ ਆਏ ਆ, ਕੋਈ ਦਾਨ ਪੁੰਨ ਕਰੋ ਬੀਬਾ, ਬਹੁਤ ਦੂਰੋਂ ਆਏ ਆ, ਕਰਮਾ ਵਾਲੀ ਆ, ਤੇਰੇ ਕਰਮ ਖੁੱਲ ਗਏ ਸਹੀ, ਜੋ ਸੋਡੇ ਘਰੇ ਆ ਗਏ ਸੀ ਬੀਬਾ। ਕਰਮਾ ਵਾਲੀ ਤਾਂ ਮੈਂ ਬਥੇਰੀ ਆ, ਤੂੰ ਕੱਲ ਦੱਸ ਕੀ ਕਰਨੀ ਆ ਬੀਬਾ? ਤੈਨੂੰ ਸਮਝ ਨੀ ਆਉਂਦੀ, ਦਾਨ ਕਰੋ, ਬਹੁਤ ਦੂਰੋਂ ਆਏ ਆ, ਤੂੰ ਬੀਬਾ ਗੁੱਸੇ ਚ ਲੱਗਦੀ ਆ, ਮੈਨੂੰ ਲੱਗਦਾ ਤੇਰੀ ਲੜਾਈ ਹੋਈ ਆ ਕਿਸੇ ਨਾਲ। ਦੱਸ ਹੋਈ ਆ ਲੜਾਈ? ਮੈਂ ਹੀ ਪੈਸੇ ਇਕੱਠੇ ਕਰਦਾ ਫਿਰਦਾ ਕਿ ਕੁਛ ਦੱਸਦਾ ਵੀ ਆ? ਉਹ ਬੀਬਾ ਸਾਰਾ ਕੁਝ ਦੱਸਦੇ ਆ, ਹੱਥ ਦੱਸ ਦਿੰਦੇ ਆ, ਹੁਣੀ ਦੱਸ ਦਿੰਦਾ ਤੈਨੂੰ, ਦੱਸੀ ਦੇ ਜਾਂਦੇ, ਤੂੰ ਲੜਕੇ ਨਹੀਂ ਆਈ, ਲੜਕੇ ਨਹੀਂ ਆਈ ਤੇ ਬਾਬੇ ਦੱਸ ਝੂਠ ਬੋਲਦੇ ਕਿ ਸਹੀ ਬੋਲਦੇ ਆ? ਹਾਂ ਲੜਕੇ ਤਾਂ ਮੈਂ ਆਈ ਆ। ਫੇਰ ਬਾਬੇ ਸੱਚ ਬੋਲਦੇ ਆ, ਪਹੁੰਚੇ ਹੋਏ ਬਾਬੇ ਆ, ਪਾਣੀ ਪੂਣੀ ਪਿਲਾ ਬਾਬਿਆਂ ਨੂੰ, ਤੈਨੂੰ ਸਾਰੀ ਦੱਸ ਦਿੰਦੇ ਆ ਸਟੋਰੀ, ਤੇਰੀ ਗਵਾਂਢਣ ਦੀ ਸਟੋਰੀ ਸਾਰੀ ਦੱਸ ਦੂੰਗਾ ਮੈਂ। ਕੁਰਸੀ ਤਾਂ ਤੈਨੂੰ ਮੈਂ ਦਿੰਦੀ ਨਹੀਂ, ਪੀੜੀ ਤੇ ਬਹਿ ਜਾ। ਕੋਈ ਗੱਲ ਨਹੀਂ, ਪੀੜੀ ਤੇ ਹੀ ਆਉਂਦੇ। ਕੋਈ ਗੱਲ ਨਹੀਂ ਬੀਬਾ, ਲੈ ਬਹਿ ਜਾ ਬਾਬਾ। ਬੀਬਾ ਲੈ ਬੀਬਾ, ਹੱਥ ਥਕਾਉਣਾ ਤੁਹਾਡਾ ਬੀਬਾ, ਤੈਨੂੰ ਗੁੱਸਾ ਬਹੁਤ ਆਉਂਦਾ। ਹਾਂ ਆਉਂਦਾ, ਇਹ ਤੇਰੇ ਪਿੱਛੇ ਤੇਰੀ ਗਵਾਂਢਣ ਨੇ ਨਾ ਟੂਣਾ ਲਾਇਆ ਹੋਇਆ, ਇੱਕ ਰਾਕਸ ਲਾਇਆ ਹੋਇਆ, ਤੈਨੂੰ ਤਾਂ ਗੁੱਸਾ ਚੜਦਾ। ਤੂੰ ਦਿਲ ਦੀ ਬਹੁਤ ਸਾਫ ਹੈ, ਕਰਮਾ ਵਾਲੀ ਹੈ, ਜਦੋਂ ਤੂੰ ਇਸ ਘਰ ਚ ਆਈ ਨਾ ਰੰਗ ਲੱਗਿਆ ਪਿਆ, ਇੱਕ ਪੈਸੇ ਦੀ ਕੋਈ ਕਮੀ ਨਹੀਂ ਹੈ, ਪਰ ਤੈਨੂੰ ਘਰਾਣੇ ਘਰ ਦੀ ਧੀ ਆ ਮੈਂ, ਰੰਗ ਤਾਂ ਲੱਗਣਾ ਹੀ ਸੀ। ਇੱਕ ਬੀਬਾ ਤੂੰ ਆਪਦੇ ਆਂਢੀ ਗਵਾਂਢੀਆਂ ਤੋਂ ਬਚ ਕੇ ਰਿਹਾ ਕਰ, ਇੱਕ ਤੈਨੂੰ ਮੰਤਰ ਦੇ ਕੇ ਜਾਵਾਂਗੇ। ਐ ਕਰ ਬੀਬਾ, 2000 ਰੁਪਇਆ ਹੈਗਾ ਨਾ ਘਰੇ ਤੇਰੇ ਪਿਆ, ਮੈਨੂੰ ਪਤਾ ਦਿਸੀ ਜਾਂਦਾ ਤੇਰੇ, ਕੱਲ ਹੀ ਲਿਆਂਦੇ ਤੇਰੇ ਘਰ ਵਾਲੇ ਨੇ 2000 ਰੁਪਇਆ, ਦੇ ਫੜਾਇਆ ਕਿ ਨਹੀਂ ਫੜਾਇਆ ਦੱਸ ਮੈਨੂੰ। ਹਾਂ ਬਾਬਾ ਭੈਣਾ ਫੜਾਇਆ। ਤੂੰ ਐ ਕਰ ਬੀਬਾ, 2000 ਰੁਪਇਆ ਲਿਆ, ਅਸੀਂ ਨਾਲ ਨੀ ਲੈ ਕੇ ਜਾਣਾ ਉਹਨੂੰ, ਅਸੀਂ ਮੰਤਰ ਮਾਰ ਕੇ ਦਿੰਦਾ, ਤੇਰੀ ਗਵਾਂਢਣ ਨੂੰ ਅੰਨਾ ਕਰ ਜੂਗਾ ਉਹ ਮੰਤਰ, ਤੂੰ 2000 ਰੁਪਇਆ ਲਿਆ ਪਹਿਲਾਂ। ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਉਸ ਕਲੇਸ਼ਾਂ ਤੋਂ, ਰੋਜ਼ ਪਾਥੀਆਂ ਚੱਕ ਕੇ ਲੈ ਜਾਂਦੀ ਆ, ਇੰਨਾ ਦਿਮਾਗ ਖਰਾਬ ਕੀਤਾ ਪਿਆ ਮੇਰਾ, ਰੋਜ਼ ਹੀ ਬੀਪੀ ਵਧਿਆ ਰਹਿੰਦਾ ਮੇਰਾ। ਉਹ ਤੇਰੇ ਨਾਲ ਉਹ ਅੱਗੇ ਆ, ਮੈਨੂੰ 4000 ਰੁਪਇਆ ਦਿੰਦੀ ਸੀ, ਕਹਿੰਦੀ ਮੈਂ ਗਵਾਂਢਾਂ ਲਏ ਮੈਨੂੰ, ਕਹਿੰਦੇ ਟੂਣਾ ਕਰਕੇ, ਮੈਂ ਐਸੀ ਇਹੋ ਜਿਹਾ ਪਾਪ ਨਹੀਂ ਕਰਨਾ, ਚੱਲ ਝੂਟਾ ਤੈਨੂੰ ਸਮਝਾ ਕੇ ਜਾਂਦਾ, ਤੂੰ 2000 ਰੁਪਇਆ ਲਿਆ, ਬਸ ਮੰਤਰ ਮਾਰ ਕੇ ਦੇਣਾ, ਤੇਰੀ ਗਵਾਂਢਣ ਅੰਨੀ ਨਾ ਹੋਈ, ਮੈਨੂੰ ਬਾਬਾ ਨਾ ਜਾਣੇ। ਉਹ ਮੇਰੇ ਤੇ ਮੰਤਰ ਕਰਦੀ ਹੈ, ਉਹ ਤੋਂ ਪਹਿਲਾਂ ਮੈਂ ਉਹ ਤੇ ਕਰੂੰਗੀ। ਲਿਆ ਬੀਬਾ 2000 ਰੁਪਇਆ ਲਿਆ, ਜਲਦੀ ਲਿਆ 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 ਬਾਬਾ, 2000 ਉਹ ਤੋਂ 4000 ਹੋ ਗਿਆ, 11 ਮਹੀਨੇ ਦਾ ਖਰਚਾ ਪਾਣੀ ਆ ਗਿਆ। ਆ ਲੈ ਬਾਬਾ। ਲੈ ਬੀਬਾ ਅਸੀਂ ਨਾਲ ਨਹੀਂ ਲੈ ਕੇ ਜਾਣਾ, ਬਸ ਇਹਨੂੰ ਮੰਤਰ ਮਾਰ ਕੇ ਦਿੰਦਾ ਤੈਨੂੰ ਮੈਂ, ਤੇ ਉਹ ਅੱਖਾਂ ਮੀਚ ਲੈ ਬੀਬਾ, ਲੈ ਅੱਖਾਂ ਮੀਚ ਆ, ਲੈ ਬੀਬਾ ਖੋਲ ਅੱਖਾਂ, ਆ ਮੁੱਠੀ ਬੰਦ ਰੱਖੀ ਲੈ, ਆ ਮੁੱਠੀ ਕਰ ਲੈ ਬੰਦ, ਇਹ ਆਪਦੇ ਜਾ ਕੇ ਪੇਟੀ ਚ ਹੀ ਖੋਲੀ, ਪਹਿਲਾਂ ਨਾ ਖੋਲੀ, ਅੱਖਾਂ ਮੀਚ ਕੇ ਬਸ ਰੱਖ ਦੇ ਅੰਦਰ। ਬਾਬਾ ਇਹ ਉੱਡ ਤਾਂ ਨਹੀਂ ਜਾਣਗੇ? ਇਹ ਨਹੀਂ ਉੱਡਦੇ, ਉੱਡਦੇ ਨਹੀਂ ਇਹ, ਬਸ ਤੂੰ ਪੇਟੀ ਕਿਸੇ ਨੂੰ ਦੇਖਣੇ ਨੇ, ਜੇ ਦੇਖ ਲੈ ਇਹ ਮੁੱਠੀ ਖੋਲ ਕੇ ਦੇਖ ਲਈ, ਇਹ ਉਹਦੀ ਤੇਰਾ 2000 ਉੱਡ ਜਾਣਾ ਏ। ਠੀਕ ਆ, ਇਹ ਮੰਤਰ ਹੁਣ ਤੈਨੂੰ ਮੈਂ, ਲੈ ਇੱਕ ਮੰਤਰ ਤੈਨੂੰ ਦੇ ਦਿੰਦਾ,
तू ऐ करी बीबा सत बारी कदी ओम नमा शिवाय ओम नमा शिवाय ओम नमा शिवाय आ कर दी ठीक है ए जपया कर ओम बारह हो जाने आ मुठी खोली ना जे खोली तेरा 2000 उड़ जाना फिर ना कहीं बाबे ले गए चंगा बाबा ठीक है भी बीबा मैं बाबा चाह पानी बस चाह पानी मेरा हो गया ये तो बाबा माला कर लिया हाल है लगता पार नंगाऊगा मेरी कमांडन का देखी सत्यानाश कर दा मैं पेटी च रख देनी लख रहा जिगाड़ तो हो गया पाथियां पईयां कोई है भी नहीं कोई भी इत्थे ऐ कर दे आ भर के ले जाने परने इत्थे कड़ा पता लगदा चल आए बाबे कर दे चोरी साधु संत बोरिया फर्क भर ले साधु संत एक अद्धी पत्ती ले लोटू डोला ठेके बंद जी मैं चौके उठे बोतल कभी बैठे लाए मैं सारे भैन थोड़िया लै चल हूं कड़ा पाथनिया आपां ऐ करदे कट्टा लियावांगे दो गट्टे भर के लै जां आथने आपे बुढ़ी लड़ी जानी एक दूजे नाल गुत्तम गुत्तियां हो जाणे जे गुत्तम गुत्तियां होणगियां फिर ही आपां दिहाड़ी बणूगी फिर आपां कोई हीला सवीला करांगे कोई स्कीमां देवांगे बुढ़ियां नूं स्कीमां देवांगे फिर ही चार पी बन गए चल चली बाबा चल देख भी ना लगे कोई कोई है भी नहीं टाइम जिन्हें टप चल दे चल चली नाजरा करी कौन है भीरे जसे आवा भी हाँ भीरे वो तो घरे नहीं है तुसी ता घरे है गे हाँ जी भीरे दसो दसा कि मैं जिहड़ी थोड़ी पाथी चोरियां होंदियां ना जोगी करता जिहड़ा नाथ नहीं फिरदा हुंदा थोड़े अपने रोज बेड़े च फिरदा किहो जिहा दिखदा सी ओह मोना जिहा गा मोना जिहा ਭਗਮਾਇਆ ਬਣਾ ਪਾਇਆ ਹੁੰਦਾ ਦੇ ਹਾਏ ਵੂ ਉਹ ਤਾਂ ਮੇਰੇ ਤੋਂ ਪੈਸੇ ਲੁੱਟ ਕੇ ਲੈ ਗਿਆ ਪੈਸੇ ਲੁੱਟ ਕੇ ਲੈ ਗਿਆ ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦਊਂਗੀ ਇਹਨਾਂ ਨੇ 2000 ਰੁਪਏ ਮੈਨੂੰ ਦਿੱਤਾ ਸੀ ਤੁਸੀਂ ਭਾਬੀ ਜਾ ਕੇ ਨਾ ਸਵੇਰੇ ਓਲੇ ਖੜ ਕੇ ਫੜਿਓ ਉਹਨੂੰ ਚੰਗਾ ਇਹ ਗੱਲ ਸੱਚੀ ਹੈ ਸੱਚੀ ਹੈ ਭਾਬੀ ਜੀ ਚੰਗਾ ਫਿਰ ਦੇਖਦੇ ਆ ਚਲ ਠੀਕ ਹੈ ਹਾਏ ਮੇਰੇ ਤਾਂ ਪੇਟੀ ਚ ਕੁਝ ਵੀ ਨਹੀਂ ਨਿਕਲਿਆ ਵੂ ਬਣਾ ਮੈਨੂੰ ਲੁੱਟ ਕੇ ਲੈ ਗਿਆ ਜਿਹੜੇ ਮੇਰੇ ਪੈਸੇ ਸੀ ਉਹ ਵੀ ਨਿਕਲ ਗਏ ਦੱਸ ਹੁਣ ਮੈਂ ਕੀ ਕਰਾਂ ਨਾ ਤਾਂ ਮੈਂ ਕਿਸੇ ਨੂੰ ਦੱਸਣ ਜੋਗੀ ਕਿ ਮੈਂ ਟੂਣਾ ਕਰਾਇਆ ਸੀ ਉਹਤੇ ਮੇਰੇ ਤਾਂ ਗਵਾਂਢ ਨਾਲ ਵੀ ਮੇਰਾ ਕਲੇਸ਼ ਪੈ ਜਾਣਾ ਕੱਲ ਨੂੰ ਜਾ ਕੇ ਦੇਖਦੀ ਆ ਉਹਨੂੰ ਨੰਗੇ ਪੈਰੀ ਫੜੂੰਗੀ ਜਾ ਕੇ ਨਾ ਉਹਦਾ ਮੋਰ ਬਣਾਇਆ ਮੇਰਾ ਨਾਮ ਵੀ ਭੁੱਲ ਕੀ ਕਰਾਂ ਹੁਣ ਮੈਂ ਸਾਰੀ ਦਿਹਾੜੀ ਕਿਵੇਂ ਨਿਕਲਣੀ ਹੈ ਮੈਨੂੰ ਪਤਾ ਭਾਈ ਹਾਂ ਪੁੱਤ ਕਿਵੇਂ ਭਾਈ ਠੀਕ ਆ ਭਾਈ ਤੂੰ ਦੱਸ ਭਾਈ ਪੈਸੇ ਦੇ 2000 ਰੁਪਇਆ ਮੇਰੀ ਬੇਬੇ ਦੇ ਨਹੀਂ ਕਰੇ ਕਾਦੀ ਲੋੜ ਪੈ ਗਈ ਭਾਈ ਤੈਨੂੰ ਮੈਂ ਕੰਮ ਆ ਬੇਬੇ ਮੈਂ ਦੇਣਾ ਕਿਸੇ ਚੱਲ ਲਿਆ ਦਾ ਨਹੀਂ ਆ ਭਾਈ ਨਹੀਂ ਦਾਈ ਫੜਾ ਜੀ ਮੇਰਾ ਪੁੱਤ ਬਣ ਕੇ ਕੱਲ ਨੂੰ ਮੈਨੂੰ ਜ਼ਰੂਰੀ ਲੋੜ ਆ ਕੋਣੀ ਦਾਈ ਅੱਗੇ ਮੈਂ ਰੱਖਿਆ ਕਦੇ ਮੋੜ ਜੂਗਾ ਐ ਤਾਂ ਮੈਨੂੰ ਤੇਰੇ ਸਭਾ ਦਾ ਪਤਾ ਹੈ ਐ ਤੂੰ ਕਈ ਵਾਰੀ ਮੈਥੋਂ ਤੁਰ ਜਾਂਦਾ ਪੈਸੇ ਲੈ ਜਾਂਦਾ ਫੜ ਕੇ ਅੱਗੇ ਵੀ ਮੋੜ ਜਾਣਾ ਹੈ ਲੈ ਦਾਈ ਬਣ ਕੇ ਬਾਕੀ ਮੈਨੂੰ ਕਹਾਣ ਲਿਆਉਣੀ ਆ ਭਾਈ ਲਿਆਉਣੀ ਆ ਸ਼ੁਕਰ ਆ ਮਾਲਕ ਦਾ ਮਿਲ ਗਏ ਦਾਈ ਤੋਂ ਪੈਸੇ ਖਿਓ ਜਾਂਦਾ ਪੈਸਾ ਆਇਆ ਦਾਈ ਬੇ ਪੁੱਤ ਸੰਦੀਪ ਹਾਏ ਹਾਏ ਵੇ ਬੇ ਤੈਨੂੰ ਮੈਂ ਕੀ ਦੱਸਾਂ ਕੀ ਹੋ ਗਿਆ ਤਾਈ ਮੇਰਾ ਤਾਂ 2000 ਦੇ ਵਿੱਚ ਫੱਟੀ ਪੁੱਛ ਗਿਆ ਬਾਬਾ ਬਾਬਾ ਹਾਂ ਕਿਹੜਾ ਬਾਬਾ ਬੇ ਜਿਹੜਾ ਇੱਥੇ ਮਲਾਂਗੜਾ ਫਿਰਦਾ ਸੀ ਮੇਰੇ ਭਾਵੇਂ ਤਾਂ ਹੁਣ ਮਲਾਂਗੜਾ ਹੀ ਆ ਮੈਨੂੰ ਕਹਿੰਦਾ ਨਾਲ ਤਾਂ ਤੇਰੇ ਪੁੱਤ ਨੂੰ ਨੌਕਰੀ ਮਿਲੂਗੀ ਨਾਲੇ ਤੂੰ ਕਹਿੰਦਾ ਬਹੁਤ ਖਾਨਦਾਨ ਦੀ ਧੀ ਹੈ ਮੈਨੂੰ ਕਹਿੰਦਾ ਮੈਂ ਤਾਂ ਜਦੋਂ ਬਾਬਾ ਮੈਨੂੰ ਇੰਨੀਆਂ ਗੱਲਾਂ ਦੱਸ ਗਿਆ ਮੈਂ ਤਾਂ ਬਈ ਖੁਸ਼ ਹੋ ਗਈ ਮੈਂ ਕਿਹਾ ਚੱਲ ਦੇਖ ਲੈ ਮੇਰੇ ਨੰਬਰ ਬਣਦੇ ਨੇ ਗਾਂ ਕਿਸੇ ਕੋਲ ਹੋਰ ਵੀ ਕਹੂੰ ਵੀ ਇਹਦੇ ਤਕੜੇ ਘਰ ਦੀ ਧੀ ਪੈਣਾ ਇਹ ਤਾਈ ਉਹਦਾ ਮੋਨਾ ਜਿਹਾ ਫਿਰਦਾ ਉਹ ਤਾਂ ਨਹੀਂ ਕਿਤੇ ਹਾਂ ਉਹੀ ਧੀ ਭਾਈ ਕਹਿੰਦਾ ਮੈਨੂੰ ਨਾ 2000 ਰੁਪਏ ਦੇ ਦੇ ਕਹਿੰਦਾ ਮੈਂ ਲੈ ਕੇ ਨਹੀਂ ਜਾਂਦਾ ਨਾਲ ਕਹਿੰਦਾ ਉਹ ਮੈਨੂੰ ਤੇ ਇੱਥੇ ਰਹੂਗਾ ਤੇਰੇ ਪੇਟੀ ਚ ਰੱਖ ਦੀ ਕਹਿੰਦਾ
ਮੈਨੂੰ ਕਹਿੰਦਾ ਮੁੱਠੀ ਮੀਚ ਮੈਂ ਮੁੱਠੀ ਮੀਚ ਲਈ ਮੈਨੂੰ ਕਹਿੰਦਾ ਲਿਆ ਮੁੱਠੀ ਕਿਸੇ ਨੂੰ ਦਿਖਾਈ ਨਾ ਦੱਸੀ ਨਾ ਤੇ ਪੇਟੀ ਦੇ ਵਿੱਚ ਜਾ ਕੇ ਮੁੱਠੀ ਕਹਿੰਦਾ ਐਂ ਖੋਲਦੀ ਤਾਈ ਤੂੰ ਸੁਣਦਿਆ ਨਹੀਂ ਦੋਸਤਾ ਇਹਨਾਂ ਸਾਰਿਆਂ ਦਾ ਕਰ ਲੈਂਦੇ ਹੋ ਵਿਸ਼ਵਾਸ ਉਹ ਬਾਹਲਾ ਜੱਦੂ ਜਾਣਦਾ ਉਹ ਨਾਲੇ ਮੈਂ ਤਾਂ ਸਿਰ ਤੇ ਹੋਰ ਗੱਲ ਦੱਸਦਾ ਤੁਸੀਂ ਪਾਥੇ ਨਹੀਂ ਵਾਦੇ ਮੰਡੀ ਚ ਹਾਂ ਹਾਂ ਉਹ ਵੀ ਉਹੀ ਲਿਆਂਦਾ ਜੱਕ ਭੂ ਮੈਂ ਮਰ ਜਾ ਮੈਂ ਜੱਸੀ ਰੂਪਾ ਤੇ ਮੈਂ ਬੈਠੇ ਤੁਸੀਂ ਦੇਖਿਆ ਮੈਨੂੰ ਕਹਿ ਮੈਂ ਉਹ ਦੇਖੋ ਸਾਰੇ ਪਾਥੀਆਂ ਚੱਕੀ ਜਾਂਦਾ ਵੇ ਫੇਰ ਉਹ ਕੁਝ ਕਿਹਾ ਦਾ ਸੀ ਕੁਝ ਹੈ ਨਹੀਂ ਹੁਣ ਤਾਂ ਅਸੀਂ ਤਾਂ ਨਹੀਂ ਗੱਲ ਪਾ ਲਈ ਇਹਨੂੰ ਐਵੇਂ ਮਰ ਜਾ ਨਹੀਂ ਬੂਬਨੇ ਨੇ ਕੀ ਕੀਤਾ ਨਹੀਂ ਮੇਰੇ ਨਾਲ ਨਾ ਤਾਂ ਮੇਰੀ ਢੂਹੀ ਕਟਵਾਤੀ ਨਾਜ਼ਰ ਦੇ ਘਰ ਵਾਲੀ ਤੋਂ ਉਹ ਨਾਜ਼ਰ ਦੇ ਘਰ ਵਾਲੀ ਕਹਿੰਦੀ ਪਾਥੀਆਂ ਮੇਰੀਆਂ ਤੂੰ ਚੱਕਦੀ ਐ ਮੈਂ ਕਿਹਾ ਮੈਂ ਭਾਈ ਪਾਥੀਆਂ ਚੱਕਦੀ ਨਹੀਂ ਮੈਂ ਵੀ ਸੱਚੀ ਤੇ ਉਹ ਤਾਂ ਭਾਈ ਮੇਰੇ ਤਾਂ ਸੱਚੀ ਢੂਹੀ ਸਾਂਗਤੀ ਉਹਨੇ ਕੁੱਟ ਕੁੱਟ ਕੇ ਨਾਲ ਮੇਰੇ ਪਾਥੀਆਂ ਮਾਰੀਆਂ ਹਾਰ ਕੇ ਮੈਂ ਤਾਂ ਘਰੇ ਵੀ ਕਿਸੇ ਨੂੰ ਨਹੀਂ ਦੱਸਿਆ ਨਾ ਤਾਂ ਮੇਰਾ ਆਂਢ ਗੁਆਂਢ ਚ ਪਤਾ ਵੀ ਇਹ ਨਾਜ਼ਰ ਦੀ ਬਹੂ ਨੇ ਪੁੱਟਤੀ ਬਤਵਾੜੇ ਚ ਗਈ ਤੇ ਮੇਰਾ ਪੁੱਤ ਬਣ ਕੇ ਤੂੰ ਵੀ ਨਾ ਦੱਸੀ ਚੱਲ ਦਾਦਾ ਦਾ ਬੰਦਾ ਹੀ ਨਹੀਂ ਤੜਕੇ ਨਾ ਸਨੇਹਾ ਜਾਓ ਤੜਕੇ ਸਨੇਹਾ ਚੱਕਣਾ ਦਾ ਪਾਥੀਆਂ ਉਹ ਬੁੜੀਆਂ ਜਾਂਦੀਆਂ ਨੇ ਮੈਂ ਨਾਜ਼ਰ ਦੀ ਬਹੂ ਨੂੰ ਸੱਦ ਕੇ ਲੈ ਕੇ ਜਾਉ ਨਾਲ ਵੀ ਆ ਜਾ ਤੂੰ ਤਾਂ ਮੇਰੇ ਉਹਦੇ ਪਾਥੀਆਂ ਮਾਰ ਕੇ ਮੈਨੂੰ ਪੁੱਟ ਪੁੱਟ ਮੇਰਾ ਨਾਸ ਕਰਤਾ ਚੱਲ ਆਪਾਂ ਚੋਰ ਫੜੀਏ ਉਹਨੂੰ ਬਣਾ ਦੇ ਬੰਦਾ ਦਾ ਹੀ ਚੱਲ ਕੋਈ ਨਹੀਂ ਮੈਂ ਤਾਂ ਪੈਸਾ ਕਿਸੇ ਪਾਸੇ ਹੋਰ ਕਰ ਲੂੰਗਾ ਤੇ ਭਾਈ ਮੈਨੂੰ ਤਾਂ ਸੱਚੀ ਲਊਂਗਾ ਦੇ ਘੁੱਟਾਂ ਨਾਲ ਕਹਿੰਦੇ ਦੋ ਸਿਰ ਦੁੱਧ ਹੁੰਦਾਗਾ ਉਹੀ ਅਸੀਂ ਡੈਰੀ ਚ ਪਾਇਆ ਹੁੰਨੇ ਆ ਜਵਾਕਾਂ ਦੇ ਮੂੰਹ ਕੱਢ ਕੇ ਤੇ ਉਹੀ ਬਾਬਾ ਲੈ ਗਿਆ ਲਾਂਜ ਕੋਲ ਮੈਂ ਕੀ ਕਹੂੰਗੀ ਘਰੇ ਮੈਂ ਕੀ ਦੱਸੂਗੀ ਡੈਰੀ ਆਂਦੇ ਤੇਰੇ ਚਾਚਾ ਜਾ ਕੇ ਹਿਸਾਬ ਕਰਕੇ ਆਊਗਾ ਉਹ ਆਖੂ ਮੈਂ ਸਾਡੀ ਚਾਚੀ ਲੈ ਗਈ ਫੜ ਕੇ ਚੱਲ ਕੋਈ ਨਹੀਂ ਦਾਈ ਉਹ ਤਾਂ ਹੁਣ ਤੂੰ ਦੇਖੀ ਆਪਦਾ ਸਾਹਬ ਤੜਕੇ ਨੂੰ ਸਾਥ ਨੂੰ ਜ਼ਰੂਰ ਫੜ ਦੇਣੇ ਛੋਟੀਆਂ ਸਾਰੀਆਂ ਬੱਚੀਆਂ ਢੋਲੂ ਉਹ ਕੋਈ ਨਾ ਭਾਈ ਤੜਕੀ ਲੈ ਉਹਦੇ ਤਾਂ ਫੜਦਿਆਂ ਬਾਬਰੀਆਂ ਜੀਆਂ ਕੱਢਦੀ ਉਹਦੀ ਗੜ ਚੋਂ ਮਾਲਾ ਜੀ ਦੇਖੀ ਸਹੀ ਮੈਂ ਤਾਂ ਕੀ ਕਰਦੀਆਂ ਜਿਹੜੀ ਬੂਬਨੇ ਨੇ ਮੇਰੀ ਢੂਹੀ ਕਟਵਾਈ ਆ ਉਹ ਤਾਂ ਨਾਜ਼ਰ ਦੇ ਘਰਾਲੀ ਤੋਂ ਨਾ ਤਾਂ ਸਾਡਾ ਚੁੱਲ੍ਹੇ ਤੇ ਚੁੱਲ੍ਹਾ ਸਾਡਾ ਬੈਰ ਪਵਾਤਾ ਮੈਂ ਤਾਂ ਉਹ ਬੈਤਲ ਮੁੜਕੇ ਨਹੀਂ ਬੁਲਾਈ ਹੈਗੀ ਵੀ ਮੈਨੂੰ ਇੰਨਾ ਕੁੱਟਣਾ ਸੀ ਉਸਨੇ ਮੈਂ ਉਹਦੀ ਮਾਮਾ ਵਰਗੀ ਸੀਗੀ ਸ਼ਰਮ ਨਹੀਂ ਆਈ ਉਹਨੂੰ ਹੱਥ ਚੱਕਦੀ ਨੂੰ ਬੂਬਨਿਆ ਸਾਡਾ ਵੀ ਤੂੰ ਬੈਰ ਪਵਾ ਗਿਆ ਮੈਂ ਦੇਖੀ ਜਾਂਦੀ ਆ ਮੈਂ ਨਾਜ਼ਰ ਦੇ ਘਰਾਲੀ ਨੂੰ ਲੈ ਕੇ ਤੜਕੀ ਜਾਂਦੀ ਆ ਨਾਲ ਬਣਾਉਣੇ ਉਹਦੀ ਰੇਲ ਲੈ ਉਹ ਆਉਂਦੀ ਆ ਅੱਜ ਪੁੱਛਦੀ ਆ ਇਹਨੂੰ ਤੂੰ ਕਿਵੇਂ ਆਈ ਆ ਭੈਣੇ ਨਹੀਂ ਭੈਣੇ ਕਾਹਦੀ ਗੱਲ ਹੈ ਮੇਰੇ ਤਾਂ ਨਾ ਕੋਈ ਰੋਜ਼ ਪਾਥੀਆਂ ਚੱਕ ਲੈਂਦਾ ਮੈਂ ਕੀ ਕਰਾਂ ਵੀ ਕੋਈ ਚੱਕ ਲੈਂਦਾ ਅੱਛਾ ਮੈਨੂੰ ਤਾਂ ਸੱਚੀ ਸ਼ੱਕ ਆਇਆ ਕਈ ਵਾਰੀ ਗੁੱਸਾ ਤਾਂ ਕਰੀ ਨਾ ਮੈਨੂੰ ਤੇਰੇ ਤੇ ਸ਼ੱਕ ਹੋ ਜਾਂਦੀ ਆ ਵੀ ਕਿਤੇ ਉਹ ਨਾ ਲਿਆਂਦੀ ਹੋਵੇ ਚੱਲ ਲੋੜ ਹੁੰਦੇ ਕਈ ਵਾਰੀ ਆਪਾਂ ਨੂੰ ਮੈਨੂੰ ਤਾਂ ਆਪ ਤੇਰੇ ਤੇ ਸ਼ੱਕ ਸੀ ਨਾ ਮੇਰੇ ਕੋਲ ਤਾਂ ਘਰੇ ਗੁਹਾਰਾ ਲੱਗਿਆ ਪਿਆ ਮੈਂ ਤਾਂ ਢੂਹੀ ਨਹੀਂ ਮਾਰਦੀ ਇਹੋ ਜਿਹੀਆਂ ਪਾਥੀਆਂ ਦੀ ਤੇ ਵੀ ਐਵੇਂ ਮੈਂ ਤਾਂ ਕਰਕੇ ਮਹਾਂ ਮੈਂ ਗੇੜਾ ਮਾਰ ਕੇ ਆਉਣੀ ਆ ਕੀ ਇਹ ਕਈ ਵਾਰੀ ਕੋਈ ਅੜ ਜਾਂਦਾ ਹੈ ਚੋਰ ਦਾ ਦੇਖਣ ਨਹੀਂ ਆਈ ਆ ਕਿ ਕਿਹੜਾ ਚੋਰ ਹੈ ਹਾਂ ਹਾਂ ਚੱਲ ਕੋਈ ਨਾ ਭਾਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੇ ਤਾਂ ਹੋ ਕੇ ਤੈਰੂਗਾ ਹਾਂ ਹਾਂ ਚੱਲ ਦੇਖਦੇ ਆ ਚੱਲ ਕੋਈ ਨਾ ਚੱਲ ਚੋਰ ਨੂੰ ਬਣਾਉਣੇ ਆ ਮੋਰ ਹਾਂ ਜੇ ਕੋਈ ਅੜ ਜੇ ਨਾ ਆਪਾਂ ਤਾਂ ਚੰਗੀ ਤਰ੍ਹਾਂ ਉਹਦਾ ਢੂਕਣਾ ਕੁੱਟ ਦਈਏ ਹਾਂ ਚੱਲ ਭੇਜ ਦਿੰਨੇ ਦੇਖਦੇ ਆ ਹਾਂ ਵੀ ਕਿਹੜਾ ਆਉਂਦਾ ਕਿਹੜਾ ਨਾ ਆਉਂਦਾ ਮੈਨੂੰ ਤਾਂ ਲੱਗਦਾ ਨਹੀਂ ਉਹ ਸਾਧਰੰਗ ਦੇ ਕੱਪੜਿਆਂ ਵਾਲਾ ਕੌਣ ਆਉਂਦਾਗਾ ਦੇਖਦੇ ਆ ਕੋਈ ਨਾ ਮੈਨੂੰ ਤਾਂ ਲੱਗਦਾ ਨਹੀਂ ਉਹ ਸਾਧ ਨਹੀਂ ਹੈਗਾ ਆਪਣੇ ਡੇਰੇ ਵਾਲਾ ਹਾਂ ਉਹੀ ਲੱਗਦਾ ਲੈ ਬਾਬੇ ਉਹ ਚੱਲ ਚੱਲੀਏ ਲੈ ਬਾਬਾ ਕੋਈ ਹੈ ਤੇ ਨਹੀਂ ਕੋਈ ਨਹੀਂ ਹੈ ਟਾਈਮ ਹੋ ਗਿਆ ਚੱਲ ਬਾਬਾ ਗੀਰੇ ਦਾ ਕੁੰਡਾ ਖੋਲ ਲੈ ਪਾਥੀਆਂ ਪਾਓ ਬਈ ਨਜ਼ਾਰਾ ਹੀ ਬੜਾ ਅੱਗ ਹੀ ਬਾਲੀ ਘੈਂਟ ਮਾਈਤੀ ਇਹਨਾਂ ਦੀ ਤੇ ਸਿਆਲ ਵੀ ਨਜ਼ਾਰਾ ਦਿੰਦਾ ਉਹ ਇਹਨਾਂ ਦਾ ਪਾਥੀਆਂ ਪਾ ਲਈਏ ਕੋਈ ਆਉਂਦਾ ਵੀ ਹੈ ਕੋਈ ਨਹੀਂ ਛੇਤੀ ਪਾਲਾ ਬਾਬਾ ਕੋਈ ਚੋਰਾਂ ਨੂੰ ਮੋਰ ਪੈ ਜੇ ਛੋਟੀਆਂ ਸਾਹਮਣੇ ਦੇਖੋ ਛੱਡੋ ਸੀ ਮੈਂ ਸਾਰਿਆਂ ਨੂੰ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੁਣ ਤੇ ਅਸੀਂ ਉਹਨਾਂ ਦੇ ਨਾਮ ਲੈਣੇ ਚਾਹੁੰਦੇ ਹਾਂ ਸਪੈਸ਼ਲੀ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤੇ ਆ ਹਾਂਜੀ ਭਾਜੀ ਬੋਲੋ ਜੀਵਨ ਕੁਮਾਰ ਹਰਵਿੰਦਰ ਸਿੰਘ ਬਲਵੰਤ ਸਿੰਘ ਅਮਨਦੀਪ ਸਿੰਘ ਤੇ ਹਰਪ੍ਰੀਤ ਸਾਰਿਆਂ ਦਾ ਧੰਨਵਾਦ
ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੈ, ਬਹੁਤ ਘੱਟ ਤੁਸੀਂ ਸਬਸਕ੍ਰਾਈਬ ਕਰਦੇ ਚੈਨਲ ਨੂੰ, ਤੇ ਇਦਾਂ ਹੀ ਕਮੈਂਟ ਕਰਦੇ ਰਹੋ, ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ। ਹਨਾ ਤੁਹਾਡੇ ਸਪੈਸ਼ਲੀ ਨਾਮ ਲਿਆ ਕਰਾਂਗੇ, ਸਭ ਤੋਂ ਪਹਿਲਾਂ ਉਹਨਾਂ ਲਈ ਅਸੀਂ ਇੱਕ ਸਰਪ੍ਰਾਈਜ਼ ਵੀ ਰੱਖਾਂਗੇ ਜੋ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਥੈਂਕ ਯੂ। ਕੱਪੜੇ ਚੇਂਜ ਕਰਨੇ ਚੱਲਦੇ।